ਇਹ ਕਿਸ ਦੀ ਅੱਜ ਯਾਦ ਆਈ ਹੈ ਚੰਨ ਦਾ ਲੌਂਗ ਬੁਰਜੀਆਂ ਵਾਲਾ ਪਾ ਕੇ ਨੱਕ ਵਿੱਚ ਰਾਤ ਆਈ ਹੈ ਇਹ ਕਿਸ ਦੀ ਅੱਜ ਯਾਦ ਆਈ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ ਐਮ ਬੀ ਸਪੀਚ ਤੁਹਾਡਾ ਸਵਾਗਤ ਹੈ। ਅਗੇਨ ਮੈਂ ਫਿਰ ਗੱਲ ਕਰਦੀ ਹਾਂ ਸ਼ੁਕਰ ਬਟਾਲਵੀ ਜੀ ਦੀ। ਅਕਸਰ ਮੇਰੇ ਕਮੈਂਟ ਬਾਕਸ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਉਹਨਾਂ ਦੀ ਪ੍ਰੇਮਿਕਾ ਦਾ ਨਾਂ ਦੱਸੋ। ਦੋਸਤੋ, ਇਹ ਗੱਲ ਪੁੱਛਣ ਤੋਂ ਪਹਿਲੇ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੇਮਿਕਾ ਕੀ ਹੈ ਅਤੇ ਪ੍ਰੇਮ ਕੀ ਹੈ। ਮੈਂ ਕੋਈ ਇਹ ਗੱਲ ਅਦਰਵਾਈਜ਼ ਨਹੀਂ ਕਹਿ ਰਹੀ, ਮੇਰੀ ਗੱਲ ਨੂੰ ਕੋਈ ਅਦਰਵਾਈਜ਼ ਨਾ ਲਵੇ। ਪਰ ਦੇਖੋ, ਸ਼ਿਵ ਕੁਮਾਰ ਨੂੰ ਲੋਕ ਬਦਨਾਮ ਬਹੁਤ ਕਰਦੇ ਸੀਗੇ, ਇਹ ਕਹਿ ਕੇ ਕਿ ਉਹ ਸ਼ਰਾਬੀ ਸੀ ਅਤੇ ਉਹਦੇ ਰੋਮਾਂਸ ਬੜੇ ਸੀਗੇ। ਪਰ ਉਹਨਾਂ ਦਾ ਜਿਹਦੇ ਨਾਲ ਵੀ ਰਿਲੇਸ਼ਨਸ਼ਿਪ ਸੀਗਾ, ਉਹ ਰਿਲੇਸ਼ਨਸ਼ਿਪ ਬਹੁਤ ਇਮਾਨਦਾਰੀ ਵਾਲਾ ਰਿਲੇਸ਼ਨਸ਼ਿਪ ਸੀਗਾ। ਉਹਨਾਂ ਦੀ ਇੱਕ ਦੋਸਤ, ਉਹਨੂੰ ਆਪਣੀ ਮਾਂ ਵੀ ਕਹਿੰਦੇ ਨੇ, ਧੀ ਵੀ ਕਹਿੰਦੇ ਨੇ, ਦੋਸਤ ਵੀ ਕਹਿੰਦੇ ਨੇ ਅਤੇ ਮਹਿਰਮ ਵੀ ਕਹਿੰਦੇ ਨੇ। ਅਤੇ ਇਹ ਗੱਲ ਜਿਹੜੀ ਹੈ ਉਹ ਉਹਦੀ ਫੈਮਿਲੀ 'ਚ ਬੈਠ ਕੇ ਕਹਿ ਰਹੇ ਨੇ। ਉਹਦੇ ਬਾਰੇ ਉਹਦੇ ਸ਼ਹਿਰ 'ਚ ਭਾਵੇਂ ਕੁਛ ਵੀ ਕਹਿੰਦੇ ਹੋਣ, ਪਰ ਜੋ ਚੀਜ਼ ਅਗਰ ਮੈਂ ਕੁਛ ਕਰ ਰਹੀ ਹਾਂ ਤਾਂ ਮੇਰੇ ਦਿਲ ਨੂੰ ਪਤਾ ਹੈ ਕਿ ਮੈਂ ਕੀ ਕਰ ਰਹੀ ਹਾਂ, ਲੋਕ ਚਾਹੇ ਕੁਛ ਵੀ ਕਹਿਣ। ਅਤੇ ਉਹ ਜਿਹੜੀ ਉਹਨਾਂ ਦੀ ਦੋਸਤ ਸੀਗੀ, ਉਹਦੇ ਸਾਹਮਣੇ ਹੀ ਸ਼ਿਵ ਕੁਮਾਰ ਨੇ ਗਰੋ ਕੀਤਾ। ਉਹ ਜਾਣਦੀ ਸੀਗਾ ਕਿ ਜਾਣਦੀ ਸੀ ਕਿ ਮੀਨਾ ਕਾਰਨ ਇਹਦਾ ਦਿਲ ਟੁੱਟਿਆ ਹੋਇਆ ਹੈ। ਅਤੇ ਫਿਰ ਪ੍ਰੀਤ ਲੜੀ ਵਾਲੇ ਗੁਰਬਖਸ਼ ਸਿੰਘ ਦੀ ਬੇਟੀ ਨਾਲ ਉਹਦਾ ਇਸ਼ਕ ਹੁੰਦਾ ਹੈ, ਉਹਦੇ ਕਰਕੇ ਇਹਦਾ ਦਿਲ ਟੁੱਟਿਆ ਹੋਇਆ ਹੈ। ਅਤੇ ਕਈ ਵਾਰੀ ਆਪਣੀ ਇਸ ਦੋਸਤ ਦੇ ਮੋਢੇ 'ਤੇ ਸਿਰ ਰੱਖ ਕੇ ਸ਼ਿਵ ਕੁਮਾਰ ਬਹੁਤ ਰੋਂਦਾ ਹੈ। ਬੜੇ ਆਪਣੇ ਦਿਲ ਦੇ ਜਿਹੜੇ ਦਰਦ ਹੈਗੇ ਉਹਦੇ ਸਾਹਮਣੇ ਉਹ ਰੱਖਦਾ ਹੈ। ਅਤੇ ਤੁਸੀਂ ਇਹ ਦੇਖੋ ਕਿ ਉਹ ਕਿੰਨੀ ਜ਼ਿਆਦਾ ਉਹਦੀ ਦੋਸਤ ਪੱਕੀ ਵਾਲੀ ਦੋਸਤ ਹੋਏਗੀ। ਅਤੇ ਲੋਕਾਂ ਨੇ ਤਾਂ ਜੋ ਉਹਨਾਂ ਦੇ ਮੂੰਹ 'ਚ ਆਉਂਦਾ ਉਹ ਉਹਨਾਂ ਨੇ ਕਹਿਣਾ ਹੀ ਕਹਿਣਾ ਹੈ। ਅਤੇ ਇੱਥੋਂ ਤੱਕ ਕਿ ਉਹਨਾਂ ਨੇ ਖੁਦ ਲਿਖਿਆ ਹੈ ਕਿ ਜਿਸ ਵੇਲੇ ਸ਼ਿਵ ਕੁਮਾਰ ਦੀ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਅਰੁਣਾ ਬਟਾਲਵੀ ਵਿਧਵਾ ਨਹੀਂ ਹੋਈ ਹੈ, ਉਹ ਖੁਦ ਵਿਧਵਾ ਹੋ ਗਈ ਹੈ। ਅਤੇ ਜਦੋਂ ਸ਼ਿਵ ਕੁਮਾਰ ਜੀ ਦੀ ਡੈਥ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਦੀ ਵਾਈਫ ਦੇ ਨਾਲ ਕਿਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਮੰਚਾਂ 'ਤੇ ਚੜ੍ਹਾ ਕੇ ਅਤੇ ਉਹਨਾਂ ਦੇ ਉੱਤੇ ਪੈਸੇ ਸੁੱਟੇ ਉਹਨਾਂ ਦੀ ਮਦਦ ਕਰਨ ਦੇ ਤੌਰ 'ਤੇ, ਅਤੇ ਇਹ ਸਭ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ। ਅਤੇ ਮਤਲਬ ਉਹਨੇ ਇੱਕ ਅਰੁਣਾ ਬਟਾਲਵੀ ਜੀ ਨੂੰ ਫਿਰ ਚਿੱਠੀ ਵੀ ਲਿਖੀ ਅਫਸੋਸ ਦੇ ਤੌਰ 'ਤੇ, ਅਤੇ ਅਰੁਣਾ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਨਾਲ ਮਿਲਣਾ ਚਾਹੁੰਦੀ ਹਾਂ। ਅਤੇ ਉਹ ਫਿਰ ਉਹਨਾਂ ਨੂੰ ਮਿਲਣ ਵੀ ਜਾਂਦੀ ਹੈ। ਅਤੇ ਉਹ ਲੜਕੀ ਦਾ ਨਾਮ ਹੈ ਪਰਮਜੀਤ ਕੌਰ ਨਿੱਜਰ। ਪਰਮਜੀਤ ਕੌਰ ਨਿੱਜਰ ਨੇ ਆਪਣੀ ਇੱਕ ਲਿਖਤ ਦੇ ਵਿੱਚ ਯਾਦਾਂ ਜੋ ਆਈਆਂ ਤੇਰੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਦੋਸਤੋ, ਤੁਸੀਂ ਅਗਰ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਸਾਰੀਆਂ ਵੀਡੀਓ ਦੇਖਣ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ। ਅਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦਾ ਹੈ ਤਾਂ ਤੁਸੀਂ ਇਹਨੂੰ ਲਾਈਕ ਜ਼ਰੂਰ ਕਰਨਾ। ਦੋਸਤੋ, ਲਾਈਕ ਕਰਨ 'ਚ ਤਾਂ ਕੁਝ ਵੀ ਨਹੀਂ ਜਾਂਦਾ। ਅਤੇ ਆਪਣੀ ਅਗਰ ਕੋਈ ਰਾਏ ਦੇਣਾ ਚਾਹੋ ਤਾਂ ਤੁਸੀਂ ਕਮੈਂਟ ਬਾਕਸ 'ਚ ਆਪਣੀ ਰਾਏ ਵੀ ਦੇ ਸਕਦੇ ਹੋ। ਅਤੇ ਇਹ ਮੇਰਾ ਪੂਰਾ ਵੀਡੀਓ ਦੇਖਣਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪਰਮਜੀਤ ਨਿੱਜਰ ਜੀ ਨੇ ਸ਼ਿਵ ਕੁਮਾਰ ਬਟਾਲਵੀ ਬਾਰੇ ਕੀਤੀਆਂ ਨੇ, ਕਿਉਂਕਿ ਉਹ ਬਚਪਨ ਦੇ ਦੋਸਤ ਸੀਗੇ। ਬਚਪਨ ਤੋਂ ਮੀਨਸ ਜਦੋਂ ਆਦਮੀ ਨੂੰ ਥੋੜ੍ਹੀ ਸਮਝ ਆਉਣ ਲੱਗਦੀ ਹੈ, ਜਵਾਨੀ ਦੇ ਜਦੋਂ ਉਹਨਾਂ ਨੇ ਪੈਰ ਰੱਖਿਆ ਉਦੋਂ ਦੀ ਦੋਸਤੀ ਉਹਨਾਂ ਦੀ ਹੈਗੀ ਹੈ। ਕਿਉਂਕਿ ਉਹਨਾਂ ਨੇ ਇਹਦੇ ਵਿੱਚ ਇੱਕ ਜ਼ਿਕਰ ਕੀਤਾ ਹੈ, ਮੋਗੇ ਜਿਸ ਵੇਲੇ ਸ਼ਿਵ ਕੁਮਾਰ ਜੀ ਜਾਂਦੇ ਨੇ ਤਾਂ ਸਾਰੀਆਂ ਕੁੜੀਆਂ ਪਾਗਲ ਹੋ ਜਾਂਦੀਆਂ, ਕਿਉਂਕਿ ਇੱਕ ਨਿੱਕੀ ਜਿਹੀ ਚਿੱਠੀ ਲਿਖੀ ਹੁੰਦੀ ਕੁੜੀਆਂ ਨੇ, ਵੀਰੇ ਤੇਰੀਆਂ ਝੱਲੀਆਂ ਭੈਣਾਂ ਤੇਰੇ ਨਾਲ ਮਿਲਣ ਬੈਠੀਆਂ ਤਰਸਦੀਆਂ ਨੇ। ਅਤੇ ਉਡੀਕਵਾਨ ਸਤਿੰਦਰ ਅਤੇ ਹਰਜੀਤ ਇਸੇ ਵੀਡੀਓ ਦੇ ਵਿੱਚੋਂ, ਅਤੇ ਤੁਸੀਂ ਪੂਰੀ ਵੀਡੀਓ ਦੇਖਣਾ। ਇਹ ਕਿਸ ਦੀ ਅੱਜ ਯਾਦ ਹੈ ਆਈ, ਚੰਨ ਦਾ ਲੌਂਗ ਬੁਰਜੀਆਂ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ, ਇਹ ਕਿਸ ਦੀ ਅੱਜ ਯਾਦ ਹੈ ਆਈ। ਜਦੋਂ ਇਹ ਗੀਤ ਸ਼ਿਵ ਨੇ ਮੇਰੀ ਅੰਬੜੀ ਦੇ ਵਿਹੜੇ ਵਿੱਚ ਬਹਿ ਕੇ ਗਾਇਆ ਸੀ ਅਤੇ ਉਸਦਾ ਖੱਬਾ ਹੱਥ ਸੀਨੇ 'ਤੇ ਸੀ ਅਤੇ ਸੱਜਾ ਹੱਥ ਮੱਥੇ 'ਤੇ ਸੀ, ਇੱਕ ਬਰੀਕ ਜਿਹੀ ਹੰਝੂਆਂ ਦੀ ਲੀਕ ਉਹਦੇ ਪਲਕਾਂ ਦੀ ਕੈਦ 'ਚੋਂ ਨਿਕਲ ਕੇ ਉਹਦੀ ਨੱਕ ਦੀ ਕੂਮਲੀ ਨੂੰ ਸਿੱਲੀ ਕਰਦੀ ਹੋਈ ਹੋਠਾਂ ਵਿੱਚ ਸਮਾ ਗਈ। ਸਭ ਤੋਂ ਪਹਿਲਾਂ ਦਿਲ ਮੇਰੀ ਮਾਂ ਦਾ ਪਸੀਜਿਆ, ਜੋ ਉਹਦੇ ਸਾਵੇਂ ਬੈਠ ਨਾ ਸਕੀ।
ਅੱਜ ਮੇਰੀ ਮਾਂ ਨਾ ਇਸ ਦੁਨੀਆ ਵਿੱਚ ਹੈ ਤੇ ਨਾ ਹੀ ਉਹ ਹੰਝੂਆਂ ਭਿੱਜੀ ਯਾਦ ਨੂੰ ਸੀਨੇ ਵਿੱਚ ਸਾਂਭ ਕੇ ਰੱਖਣ ਵਾਲਾ ਮਸਤ ਮਲੰਗ ਅਲਬੇਲਾ ਸ਼ਾਇਰ, ਜਿਸ ਨੂੰ ਇਸ ਦੁਨੀਆ ਤੋਂ ਗਏ ਹੋਏ ਕਈ ਕਈ ਵਰੇ ਬੀਤ ਚੁੱਕੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸ਼ਿਵ ਕੁਮਾਰ ਬਟਾਲਵੀ ਦੀ, ਜਿਸਨੇ ਆਪਣੀ ਉਮਰ ਦੀ ਤਿਖੜ ਦੁਪਹਿਰ ਵੇਲੇ ਜੂਨ 1949 ਵਿੱਚ ਤਪਦੀ ਧੁੱਪੇ ਮੋਗੇ ਸ਼ਹਿਰ ਵਿੱਚ ਪੈਰ ਪਾਇਆ। ਉਸ ਦਿਨ ਦੀ ਸੁਰਮਈ ਸ਼ਾਮ DM ਕਾਲਜ ਮੋਗੇ ਦੀ ਪਹਿਲੀ ਸ਼ਾਮ ਸੀ, ਜਦੋਂ ਉਸਨੇ ਇੱਕ ਭਰਵੇਂ ਇਕੱਠ ਵਿੱਚ ਬਿੱਚਾਂ ਦੇ ਪੱਤਰ ਦੀ ਪੇਸ਼ਕਾਰੀ ਕੀਤੀ। ਉਸਦੇ ਤਰਨਮ ਦੀ ਆਵਾਜ਼ ਦੀ ਸੋਜ ਨੇ ਨੌਜਵਾਨਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਅੱਲੜ ਕੁਆਰੀਆਂ ਦੇ ਸੀਨਿਆਂ ਦੇ ਵਿੱਚੋਂ ਹੋਕੇ ਉੱਠਣ ਲੱਗ ਪਏ ਤੇ ਸਟੇਜ ਤੇ ਬੈਠੇ ਹੋਏ ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੰਗਨ, ਨੰਦ ਲਾਲ ਨੂਰਪੁਰੀ ਉਹਦੇ ਮੂੰਹ ਵੱਲ ਵੇਖਦੇ ਭਵਿੱਖ ਵਿੱਚ ਉੱਠਣ ਵਾਲੀ ਲਹਿਰ ਤੋਂ ਹੈਰਾਨ ਪਰੇਸ਼ਾਨ ਰਹਿ ਗਏ। ਉਸਦੇ ਸਟੇਜ ਤੇ ਹੋਰ ਕਿਸੇ ਕਵੀ ਨੂੰ ਸਰੋਤੇ ਸੁਣਨ ਲਈ ਤਿਆਰ ਨਹੀਂ ਸਨ। ਵਾਰ ਵਾਰ ਸ਼ਿਵ ਦੀ ਫਰਮਾਇਸ਼ ਹੋ ਰਹੀ ਸੀ। ਉਸ ਸਮੇਂ ਸਭ ਤੋਂ ਜ਼ਿਆਦਾ ਖੁਸ਼ ਬਰਕਤ ਰਾਮ ਯੂਮਨ ਸੀ, ਜੋ ਉਸਦਾ ਉਸਤਾਦ ਸੀ। ਉਸ ਸ਼ਾਮ ਸ਼ਿਵ ਦੀ ਸ਼ਾਮ ਹੋ ਨਿਬੜੀ ਤੇ ਫਿਰ ਮੋਗਾ ਸ਼ਹਿਰ ਦੀਆਂ ਝੱਲੀਆਂ ਕੁੜੀਆਂ ਨੇ ਉਸ ਨੂੰ ਮੂੰਹ ਤੇ ਅਪਣੱਤ ਭਰੀ ਚਿੱਠੀ ਲਿਖੀ। ਵੀਰੇ, ਤੇਰੀਆਂ ਝੱਲੀਆਂ ਭੈਣਾਂ ਤੇਰੇ ਨਾਲ ਮਿਲ ਬੈਠਣ ਲਈ ਤਰਸਦੀਆਂ ਨੇ। ਉਡੀਕਵਾਨ ਸਤਿੰਦਰ ਤੇ ਹਰਜੀਤ। ਤੇ ਉਹਨਾਂ ਝੱਲੀਆਂ ਭੈਣਾਂ ਦੇ ਉਦੋਂ ਵੀ ਵੱਧ ਵੱਧ ਝੱਲਾ ਵੀਰਾ ਮੁੜਦੀ ਡਾਕੇ ਆਪ ਹੀ ਆ ਗਿਆ। ਮੈਂ ਮੋਗੇ ਦੇ ਨੇੜੇ ਫੇਰੂ ਸ਼ਹਿਰ ਵਿੱਚ ਸਰਵਿਸ ਕਰਦੀ ਸੀ। ਮੈਨੂੰ ਵੀ ਸੁਨੇਹਾ ਮਿਲਿਆ, ਉਹ ਵੀ ਜਨਵਰੀ 1949 ਦੀ ਇੱਕ ਭਗਦੀ ਦੁਪਹਿਰੀ ਸੀ। ਸਤਿੰਦਰ ਮੇਰੀ ਛੋਟੀ ਭੈਣ ਤੇ ਹਰਜੀਤ ਉਸਦੀ ਸਹੇਲੀ, ਉਹ ਦੋਵੇਂ ਉਸਨੂੰ ਬੱਸ ਸਟੈਂਡ ਤੋਂ ਸਾਡੇ ਘਰ ਲੈ ਆਈ ਆ। ਉਸਦੇ ਨਾਲ ਉਸਦਾ ਦੋਸਤ ਸੀ। ਦੋਵੇਂ ਇੱਕੋ ਜਿਹੇ ਲੰਮੇ ਸਲੰਮੇ, ਦੋਵਾਂ ਦੇ ਚਿੱਟੇ ਲੰਮੇ ਬੰਗਾਲੀ ਕੁੜਤੇ ਤੇ ਖੁੱਲੇ ਜਿਹੇ ਚਿੱਟੇ ਪਜਾਮੇ। ਜਦੋਂ ਉਹ ਘਰ ਪਹੁੰਚੇ ਤਾਂ ਅਸੀਂ ਬੜੇ ਨਿੱਘ ਨਾਲ ਉਹਨਾਂ ਦਾ ਸਵਾਗਤ ਕੀਤਾ। ਵੇਖਦਿਆਂ ਵੇਖਦਿਆਂ ਸਾਡਾ ਘਰ ਕਾਲਜ ਦੀਆਂ ਕੁੜੀਆਂ ਨਾਲ ਟਕਣ ਲੱਗ ਪਿਆ। ਕਮਰੇ ਵਿੱਚ ਵਿਸ਼ੀ ਤਰਪਾਲ ਤੇ ਕੁੜੀਆਂ ਦੇ ਵਿਚਕਾਰ ਬੈਠਾ ਉਹ ਬਹੁਤ ਖੁਸ਼ ਸੀ। ਵੀਰੇ ਵੀਰੇ ਦੀਆਂ ਆਵਾਜ਼ਾਂ ਨਾਲ ਕਮਰਾ ਗੂੰਜ ਉੱਠਿਆ। ਵੱਖੋ ਵੱਖਰੀਆਂ ਫਰਮਾਇਸ਼ਾਂ ਹੋਣ ਲੱਗੀਆਂ। ਮੇਰੀ ਮਾਂ ਨੇ ਘੁੜਕੀ ਲਾਉਂਦਿਆਂ ਕਿਹਾ, ਮਰ ਜਾਣੀਓ, ਉਹਨਾਂ ਨੂੰ ਪਹਿਲਾਂ ਚਾਹ ਪਾਣੀ ਤੇ ਪੀ ਲੈਣ ਦਿਓ। ਸਾਰੀਆਂ ਕੁੜੀਆਂ ਰਸੋਈ ਵੱਲ ਭੱਜ ਉੱਠੀਆਂ। ਕਿਸੇ ਦੇ ਹੱਥ ਵਿੱਚ ਪਾਣੀ ਵਾਲਾ ਗਲਾਸ ਤੇ ਕਿਸੇ ਦੇ ਹੱਥ ਚਾਹ ਦੀ ਕੇਤਲੀ, ਕਿਸੇ ਦੇ ਹੱਥ ਵਿੱਚ ਬਿਸਕੁਟਾਂ ਵਾਲੀ ਪਲੇਟ। ਫਿਰ ਸ਼ੋਰ ਸ਼ਰਾਬਾ, ਵੀਰੇ ਪਹਿਲਾਂ ਮੇਰੇ ਹੱਥੋਂ, ਪਹਿਲਾਂ ਮੇਰੇ ਹੱਥੋਂ। ਉਹ ਇਸ ਸ਼ੋਰ ਸ਼ਰਾਬੇ ਵਿੱਚ ਬੜਾ ਕੁਛ ਭੁੱਲਿਆ ਬੈਠਾ ਸੀ। ਬਹੁਤ ਖੁਸ਼ ਸੀ, ਅੰਤਾਂ ਦਾ ਖੁਸ਼। ਤੇ ਮੈਂ ਸੋਚ ਰਹੀ ਸਾਂ ਕਿ ਕੁੜੀਆਂ ਤਾਂ ਕਹਿੰਦੀਆਂ ਸਨ ਕਿ ਉਹ ਗਮ ਦੇ ਗੀਤ ਗਾਉਂਦਾ ਹੈ, ਆਪ ਵੀ ਰੋਂਦਾ ਹੈ ਤੇ ਦੂਜਿਆਂ ਨੂੰ ਵੀ ਰਵਾਉਂਦਾ ਹੈ। ਤੇ ਮੈਂ ਮਹਿਸੂਸ ਕੀਤਾ ਕਿ ਗਮ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਉਹ ਇੱਕ ਨਖਰੀਲੇ ਨਾਰ ਵਾਂਗ ਇੱਕ ਨੂੰ ਲੁਭਾ ਰਿਹਾ ਸੀਗਾ। ਪਤਾ ਨਹੀਂ ਕਿਉਂ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਤੇ ਮੈਂ ਉਸ ਮਹਿਫਿਲ ਤੋਂ ਪਰੇ ਹੋ ਰਹੀ। 3-4 ਘੰਟੇ ਬਾਅਦ ਉਹਨਾਂ ਜਾਣ ਦੀ ਤਿਆਰੀ ਕਰ ਲਈ। ਕੁੜੀਆਂ ਨੇ ਉਹਦੇ ਆਟੋਗ੍ਰਾਫ ਲੈਣੇ ਸ਼ੁਰੂ ਕੀਤੇ। ਜਾਣ ਵੇਲੇ ਉਹ ਮੇਰੇ ਸਾਹਮਣੇ ਆ ਕੇ ਖੜ ਗਿਆ ਤੇ ਕਹਿਣ ਲੱਗਾ, ਤੁਹਾਨੂੰ ਮੇਰੇ ਆਟੋਗ੍ਰਾਫ ਨਹੀਂ ਚਾਹੀਦੇ? ਮੈਂ ਮੁਸਕਰਾ ਪਈ ਤੇ ਆਪਣੀ ਛੋਟੀ ਭੈਣ ਦੀ ਆਟੋਗ੍ਰਾਫ ਬੁੱਕ ਉਸਦੇ ਅੱਗੇ ਕਰ ਦਿੱਤੀ। ਉਸਨੇ ਲਿਖਿਆ, ਤੂੰ ਚੁੱਪ ਦਾ ਸਾਗਰ ਹੈ ਪਰ ਡਾਢਾ ਸਵਾਦ ਹੈ ਤੇਰੀ ਚੁੱਪ ਵਿੱਚ, ਸ਼ਿਵ। ਆਟੋ ਬੁੱਕ ਮੈਨੂੰ ਮੋੜਦਾ ਕਾਤਲਾਨਾ ਅਦਾ ਨਾਲ ਮੁਸਕਰਾ ਪਿਆ। ਉਸ ਦਿਨ ਮੋਗੇ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਸੀ ਜੋ ਮੋਹ ਤੇ ਆਪਣੇਪਨ ਨਾਲ ਭਰਿਆ ਹੋਇਆ ਸੀ, ਜੋ ਉਸਨੂੰ ਮਿਲੇ ਪਿਆਰ ਸਤਿਕਾਰ ਤੇ ਆਪਣੇਪਨ ਦਾ ਪ੍ਰਤੀਕ ਸੀ। ਮੋਗਾ ਸ਼ਹਿਰ ਉਸ ਵਜੋਂ ਜਿਉ ਨਹੀਂ ਸਕਦਾ ਸੀ। ਹਰ ਸਮਾਗਮ ਵਿੱਚ ਉਹਦੀ ਹਾਜ਼ਰੀ ਜ਼ਰੂਰ ਹੁੰਦੀ, ਬੇਸ਼ੁਮਾਰ ਲੋਕਾਂ ਦਾ ਇਕੱਠ ਉਹਨੂੰ ਸਿਰ ਤੇ ਚੁੱਕ ਲੈਂਦਾ। ਹਰ ਵਾਰ ਉਹ ਸਾਡੇ ਘਰ ਜ਼ਰੂਰ ਆਉਂਦਾ ਤੇ ਮੇਰੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਦੀਆਂ ਬੁਰਕੀਆਂ ਆਪਣੇ ਮੂੰਹ ਪਵਾ ਕੇ ਮੇਰੀ ਮਾਂ ਤੋਂ ਰਜਵਾਂ ਪਿਆਰ ਲੈਂਦਾ। ਕੁੜੀਆਂ ਨੂੰ ਪਤਾ ਨਹੀਂ ਕਿਵੇਂ ਸੂਹ ਲੱਗ ਜਾਂਦੀ, ਉਹ ਮਿੰਟਾਂ ਸਕਿੰਟਾਂ 'ਚ ਸਾਡੇ ਦੁਆਲੇ ਹੋ ਜਾਂਦੀਆਂ ਅਤੇ ਚੀਂ ਚੀਂ ਕਰਦੀਆਂ। ਇੱਕ ਵਾਰ ਉਸਨੇ ਮੈਨੂੰ ਕਿਹਾ, ਪਰਮ ਇਹ ਮੇਰੇ ਦੁਆਲੇ ਕਿਉਂ ਹੋਈਆਂ ਰਹਿੰਦੀਆਂ ਨੇ, ਚੀਂ ਚੀਂ ਕਰਕੇ ਮੇਰਾ ਸਿਰ ਖਾ ਜਾਂਦੀਆਂ ਨੇ। ਮੈਂ ਬੋਲੀ, ਇਹ ਕੁੜੀਆਂ ਤਾਂ ਚਿੜੀਆਂ ਨੇ, ਤੇਰੇ ਗੀਤਾਂ ਦਾ ਚੋਗਾ ਚੁਗਣ ਆਉਂਦੀਆਂ ਨੇ, ਚੋਗਾ ਪਾ ਦੇ ਉੱਡ ਜਾਣਗੀਆਂ। ਤਾਂ ਉਸਨੇ ਕਿਹਾ, ਇਹ ਕੁੜੀਆਂ ਤਾਂ ਮੇਰੇ ਯਾਰ ਨੇ, ਨਿਰੀਆਂ ਆਟੇ ਦੀਆਂ ਚਿੜੀਆਂ। ਮੈਂ ਨਜ਼ਮ ਮੋਗੇ ਦੀਆਂ ਕੁੜੀਆਂ 'ਤੇ ਲਿਖਾਂਗਾ। ਸੋ ਉਸਨੇ ਪੂਰੀ ਕਿਤਾਬ ਹੀ ਆਟੇ ਦੀ ਚਿੜੀਆਂ ਲਿਖ ਦਿੱਤੀ। ਇਸ ਤੋਂ ਪਹਿਲਾਂ ਉਸਦੀ ਕਿਤਾਬ ਪੜ੍ਹਨ ਦਾ ਪਰਾਗਾ ਛਪ ਚੁੱਕੀ ਸੀ। ਉਹ ਬਹੁਤ ਖੁਸ਼ ਸੀ, ਉਹਨਾਂ ਦਿਨਾਂ ਵਿੱਚ ਉਹ ਪਟਵਾਰੀ ਲੱਗਿਆ ਹੋਇਆ ਸੀ। ਫਿਰ ਉਸਨੇ ਨੌਕਰੀ ਛੱਡ ਦਿੱਤੀ। ਪਹਿਲੀ ਕਿਤਾਬ ਉਸਨੇ ਆਪਣੀ ਪਹਿਲੀ ਪ੍ਰੇਮਿਕਾ ਮੀਨਾ ਦੇ ਨਾਮ ਸਮਰਪਿਤ ਕੀਤੀ, ਜੋ ਛੇਤੀ ਹੀ ਉਹਦੇ ਜੀਵਨ ਤੋਂ ਦੂਰ ਤੇ ਰੱਬ ਦੇ ਘਰ ਚਲੇ ਗਈ ਸੀ। ਦੂਜੀ ਫਿਰ
ਮੁਹੱਬਤ ਦੇ ਸਾਏ ਨੇ ਉਹਨੂੰ ਜਕੜ ਲਿਆ ਤੇ ਉਹ ਅਮੀਰ ਕੁੜੀ ਰਸ਼ੀਆ ਚਲੀ ਗਈ। ਉਨੀ ਦਿਨੀ ਸ਼ੇਵ ਬਹੁਤ ਖੁਸ਼ ਸੀ ਕਿ ਉਹ ਕੁੜੀ ਉਸਨੂੰ ਉੱਥੇ ਜਾ ਕੇ ਬੁਲਾ ਲਵੇਗੀ ਤੇ ਉਹ ਵਿਆਹ ਕਰਵਾ ਲੈਣਗੇ। ਤੇ ਫਿਰ ਸ਼ਿਵ ਉਡੀਕਦਾ ਉਡੀਕਦਾ ਥੱਕ ਗਿਆ ਤੇ ਇੱਕ ਦਿਨ ਉਸਨੇ ਉਹਨਾਂ ਦੇ ਪਰਿਵਾਰਕ ਰਸਾਲੇ ਵਿੱਚ ਟਾਈਟਲ ਪੇਜ 'ਤੇ ਫੋਟੋ ਛਪੀ ਹੋਈ ਦੇਖੀ ਜਿਸ ਵਿੱਚ ਉਸਨੇ ਕਿਸੇ ਵਿਦੇਸ਼ੀ ਨਾਲ ਵਿਆਹ ਕਰਵਾ ਲਿਆ ਸੀ। ਸ਼ਿਵ ਬੜਾ ਤੜਫਿਆ ਤੇ ਮੇਰੀ ਮਾਂ ਦੀ ਝੋਲੀ ਵਿੱਚ ਸਿਰ ਰੱਖ ਕੇ ਗਾਉਣ ਲੱਗ ਪਿਆ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋ ਦੀ ਰੜਕ ਪਵੇ। ਤੇ ਫਿਰ ਉੱਚੀ ਉੱਚੀ ਰੋਣ ਲੱਗ ਪਿਆ। ਮੇਰੀ ਮਾਂ ਨੇ ਉਸਨੂੰ ਵਰਾਇਆ, ਮੈਂ ਵੀ ਉਸਨੂੰ ਕਾਰਨ ਪੁੱਛਣ ਲੱਗੀ, ਉਹ ਕੁਛ ਨਾ ਦੱਸ ਸਕਿਆ। ਫਿਰ ਇੱਕ ਦਿਨ ਉਹ ਆਇਆ ਤੇ ਆਉਂਦੇ ਹੀ ਮੇਰੇ ਨਾਲ ਉਪਰੋਕਤ ਘਟਨਾ ਦਾ ਜ਼ਿਕਰ ਕਰਦੇ ਹੋਏ ਰੋ ਪਿਆ। ਮੈਂ ਉਸਨੂੰ ਬਹੁਤ ਦਿਲਾਸਾ ਦਿੱਤਾ। ਮੇਰੀ ਮਾਂ ਨੇ ਕਿਹਾ, ਤੇਰੀ ਦੁਨੀਆ ਇੱਥੇ ਨਹੀਂ ਖਤਮ ਹੁੰਦੀ, ਜੋ ਤੇਰਾ ਨਹੀਂ ਹੋ ਸਕਿਆ ਤੂੰ ਉਸ ਲਈ ਹੀਰਿਆਂ ਵਰਗੇ ਮੋਤੀ ਕਿਉਂ ਲੁਟਾਵੇਂ? ਆਪਣੇ ਆਪ ਨੂੰ ਸਾਂਭ, ਕੀ ਪਤਾ ਜ਼ਿੰਦਗੀ ਵਿੱਚ ਕਿਹੜੀ ਸੁਨਹਿਰੀ ਕਿਰਨ ਤੇਰਾ ਇੰਤਜ਼ਾਰ ਕਰਦੀ ਹੋਵੇ। ਅਤੇ ਫਿਰ ਇੱਕ ਦਿਨ ਮੇਰੀ ਮਾਂ ਨੇ ਸਮਝਾਇਆ, ਖੁਸ਼ ਰਹਿਣ ਦਾ ਯਤਨ ਕਰ, ਇਸ ਸ਼ਹਿਰ ਦੀਆਂ ਕੁੜੀਆਂ ਕਿਵੇਂ ਵੀਰੇ ਵੀਰੇ ਕਰਕੇ ਤੈਨੂੰ ਸਿਰ 'ਤੇ ਬਿਠਾਉਂਦੀਆਂ ਨੇ, ਇਸ ਸ਼ਹਿਰ ਤੋਂ ਤੈਨੂੰ ਇੰਨੀਆਂ ਖੁਸ਼ੀਆਂ ਮਿਲਣੀਆਂ ਨੇ, ਇੱਥੋਂ ਤੇਥੋਂ ਸੰਭਾਲੀਆਂ ਨਹੀਂ ਜਾਣੀਆਂ। ਅਤੇ ਮੇਰੀ ਮਾਂ ਦੀ ਇਹ ਭਵਿੱਖਬਾਣੀ ਸੱਚੀ ਹੋਈ, ਇਸ ਸ਼ਹਿਰ ਤੋਂ ਉਸਨੂੰ ਇੰਨੀਆਂ ਖੁਸ਼ੀਆਂ ਮਿਲੀਆਂ ਕਿ ਉਸਨੂੰ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਉਸਦਾ ਗਮ ਉਤਲ ਗਿਆ। ਮੈਂ ਉਸਦੀ ਹਾਨਣ ਸਾਂ, ਮੇਰੀ ਉਹਦੀ ਦੁੱਖ ਸੁੱਖ ਦੀ ਸਾਂਝ ਸੀ, ਇੱਕ ਭਾਵੁਕ ਜਿਹਾ ਰਿਸ਼ਤਾ ਬਣ ਚੁੱਕਿਆ ਸੀ। ਕਦੇ ਕਦੇ ਜਦੋਂ ਉਹ ਉਦਾਸ ਹੁੰਦਾ ਤਾਂ ਮੇਰੇ ਬੁੱਢੇ 'ਤੇ ਸਿਰ ਰੱਖ ਕੇ ਗੀਤ ਗਾਉਂਦਾ। ਅਨੇਕਾਂ ਹੀ ਉਹਦੇ ਸਿਰਜਣਾਤਮਕ ਪਲਾਂ ਵਿੱਚ ਮੈਂ ਉਹਦੇ ਕੋਲ ਹੁੰਦੀ। ਮੇਰੇ ਸ਼ਹਿਰ ਦੇ ਕੁਛ ਲੋਕਾਂ ਨੂੰ ਉਹਦਾ ਸਾਡੇ ਘਰ ਆਉਣਾ ਗਵਾਰਾ ਨਹੀਂ ਸੀ। ਇੱਕ ਵਾਰ ਕਿਸੇ ਸਿਰਫਿਰੇ ਨੇ ਉਸਨੂੰ ਤਾੜਨਾ ਕੀਤੀ ਕਿ ਉਹ ਉਹਨਾਂ ਦੇ ਸ਼ਹਿਰ ਨਾ ਆਵੇ, ਪਰ ਉਹ ਕਦੋਂ ਕਿਸੇ ਦੀ ਪੇਸ਼ ਜਾਣ ਵੱਲ ਦਿੰਦਾ ਸੀਗਾ। ਉਹ ਕਹਿਣ ਲੱਗਾ, ਕੋਈ ਮਾਈ ਦਾ ਲਾਲ ਉਸਨੂੰ ਰੋਕ ਨਹੀਂ ਸਕਦਾ, ਉਹ ਆਵੇਗਾ ਤਾਂ ਜ਼ਰੂਰ ਆਵੇਗਾ। ਉਹ ਕੇਵਲ ਆਇਆ ਹੀ ਨਹੀਂ, ਸਗੋਂ ਉਸਨੇ ਮੈਨੂੰ ਆਪਣੇ ਘਰ ਇੱਕ ਸਮਾਗਮ ਵਿੱਚ ਵੀ ਬੁਲਵਾਇਆ। ਉਸਦੀ ਮਾਂ ਦੀ ਨਿੱਘੀ ਬੁੱਕਲ ਦਾ ਪਿਆਰ ਅੱਜ ਵੀ ਮੇਰੇ ਰੋਮ ਰੋਮ ਵਿੱਚ ਰਚਿਆ ਹੋਇਆ ਹੈ। ਉਸਦੇ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਪਿਆਰ ਅੱਜ ਵੀ ਮੇਰੇ ਚੇਤਿਆਂ ਵਿੱਚ ਬਰਕਰਾਰ ਹੈ, ਜਿਸ ਨੂੰ ਉਸਨੇ ਇੱਕ ਗੀਤ ਤੂੰ ਆਈ ਮੇਰੇ ਗ੍ਰਾਮ ਵਿੱਚ ਵਾਰ ਵਾਰ ਗਾਇਆ ਹੈ। ਦਸੰਬਰ 1962 ਵਿੱਚ ਮੇਰੀ ਸ਼ਾਦੀ ਹੋ ਗਈ ਤੇ ਮੇਰੇ ਪਤੀ ਨੂੰ ਉਹ ਜਾਣਦਾ ਸੀ। ਉਸਨੇ ਮੈਨੂੰ ਲਿਖਿਆ, ਤੇਰਾ ਹੋਣ ਵਾਲਾ ਪਤੀ ਸੋਹਣਾ ਸੁਨੱਖਾ ਤੇ ਜਹੀਨ ਹੈ, ਆਸ ਹੈ ਤੂੰ ਉਹਦੇ ਨਾਲ ਖੁਸ਼ ਹੋਵੇਂਗੀ। ਮੇਰੇ ਪਤੀ ਰਾਮਗੜੀਆ ਕਾਲਜ ਫਗਵਾੜਾ ਵਿਖੇ ਪ੍ਰੋਫੈਸਰ ਸਨ। ਉਦੋਂ ਦੇ ਪੰਜਾਬੀ ਪ੍ਰੋਫੈਸਰ ਜਗਜੀਤ ਸਿੰਘ ਛਾਵੜਾ ਨਾਲ ਵਿਆਹ ਕਰਦੇ ਸਨ ਤੇ ਸ਼ਿਵ ਅਕਸਰ ਦੋਨਾਂ ਕੋਲ ਜਾਇਆ ਕਰਦਾ ਸੀ। ਮੇਰੇ ਵਿਆਹ ਵਾਲੀ ਰਾਤ ਜਦੋਂ ਮੇਰੀ ਬਰਾਤ ਮੇਰੇ ਬਾਬਲ ਦੇ ਵਿਹੜੇ ਬੈਠੀ ਸੀ, ਸ਼ਿਵ ਆਪਣੇ ਦੋਸਤ ਦਲੀਪ ਸਿੰਘ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੇ ਨਾਲ ਸਾਡੇ ਘਰ ਆਇਆ। ਮੇਰਾ ਉਸਦਾ ਸਾਹਮਣਾ ਤਾਂ ਨਹੀਂ ਹੋਇਆ, ਪਰ ਮੈਂ ਮਹਿਸੂਸ ਕੀਤਾ ਕਿ ਉਹ ਬੜਾ ਉਦਾਸ ਸੀ। ਤਕਰੀਬਨ ਅੱਧਾ ਘੰਟਾ ਠਹਿਰਿਆ, ਚਾਹ ਪਾਣੀ ਪੀਤਾ, ਮੇਰੀ ਮਾਂ ਨੂੰ ਸ਼ਗਨ ਫੜਾਇਆ ਤੇ ਤੁਰ ਗਿਆ। ਉਸ ਰਾਤ ਉਹ ਮੇਰੇ ਸ਼ਹਿਰ ਵਿੱਚ ਹੀ ਸੀ। ਉਹਦੇ ਮੇਜ਼ਬਾਨ ਨੇ ਮੈਨੂੰ ਕਈ ਸਾਲਾਂ ਬਾਅਦ ਦੱਸਿਆ ਕਿ ਉਸ ਦਿਨ ਉਹ ਬਹੁਤ ਰੋਇਆ ਤੇ ਉਹਨੇ ਇੱਕ ਨਿਜ਼ਮ ਵੀ ਲਿਖੀ ਇੱਕ ਸ਼ਹਿਰ ਦੇ ਨਾਂ, ਜਿਸ ਵਿੱਚ ਉਸਨੇ ਲਿਖਿਆ, ਅੱਜ ਅਸੀਂ ਤੇਰੇ ਸ਼ਹਿਰ ਦੀ ਜੂਹ ਵਿੱਚ ਮੁਰਦਾ ਦਿਲ ਇੱਕ ਦਬਾਉਣ ਆਏ ਹਾਂ। ਅਸੀਂ ਤੇਰੇ ਸ਼ਹਿਰ ਦੀ ਜੂਹ ਵਿੱਚ ਮੁਰਦਾ ਦਿਲ ਇੱਕ ਦੱਬਣ ਆਏ। ਉਸ ਤੋਂ ਬਾਅਦ ਉਹ ਮੋਗੇ ਸ਼ਹਿਰ ਨਹੀਂ ਗਿਆ। ਫਿਰ ਇੱਕ ਦਿਨ ਖਬਰ ਆਈ ਕਿ ਉਹਦਾ ਵਿਆਹ ਹੋ ਗਿਆ। ਇਹ ਉਹਦੇ ਭਟਕਦੇ ਮਨ ਲਈ ਬਹੁਤ ਜ਼ਰੂਰੀ ਸੀ। ਸਭ ਨੇ ਸੋਚਿਆ ਕਿ ਹੁਣ ਟਿਕ ਜਾਵੇਗਾ, ਛੇਤੀ ਤੁਰ ਜਾਣ ਦੀ ਗੱਲ ਛੱਡ ਦੇਵੇਗਾ। ਜ਼ਿੰਦਗੀ ਮਿਹਰਬਾਨ ਸੀ, ਖੂਬਸੂਰਤ ਬੀਵੀ ਮਿਲੀ, ਦੋ ਪਿਆਰੇ ਬੱਚੇ ਵੀ ਮਿਲ ਗਏ, ਪਰ ਇਹ ਸਭ ਕੁਛ ਉਹਨੂੰ ਰਿਝਾ ਨਾ ਸਕਿਆ। ਘਰ ਘਰਸਤੀ ਦੀਆਂ ਜ਼ਿੰਮੇਵਾਰੀਆਂ ਉਹਦੇ ਬਿਰਹੋ ਦੇ ਸੇਕ ਨੂੰ ਮੱਠੀਆਂ ਨਾ ਕਰ ਸਕੇ। ਉਹ ਪੌਲੀ ਪੱਖੜੇ ਅਤੇ ਕੰਡਿਆਲੀਆਂ ਥੋੜ੍ਹਾਂ ਦੇ ਗੀਤ ਗਾਉਂਦਾ, ਅੱਥਰੇ ਨਿਆਣੇ ਵਾਂਗ ਅੜੀਆਂ ਕਰਦਾ ਇਸ ਜਹਾਨ ਤੋਂ ਤੁਰ ਗਿਆ। ਕਿੰਨੇ ਹੰਝੂਆਂ ਦੇ ਦਰਿਆ ਵਗੇ, ਕਿੰਨੀਆਂ ਯਾਦਾਂ ਨੇ ਸੀਨਿਆਂ ਨੂੰ ਲਹੂ ਲੁਹਾਨ ਕੀਤਾ, ਕਿੰਨੇ ਮਨ ਅੰਬਰ ਪਿੱਟ ਪਿੱਟ ਨੀਲੇ ਹੋ ਗਏ, ਕਿੰਨੀਆਂ ਆਤਮਾਵਾਂ ਉਹਦੇ ਨਾਲ ਮਰ ਗਈਆਂ। ਉਹਦੇ ਮਰਨ ਤੋਂ ਬਾਅਦ ਬਥੇਰੇ ਸ਼ੋਕ ਸਮਾਗਮ ਹੋਏ, ਪਰ ਮੈਂ ਕਿਸੇ ਸ਼ੋਕ ਸਮਾਗਮ ਵਿੱਚ ਸ਼ਰੀਕ ਨਹੀਂ ਹੋਈ, ਕਿਉਂਕਿ ਮੇਰਾ ਦੁੱਖ ਮੇਰਾ ਆਪਣਾ ਸੀ, ਇਸ ਨੂੰ ਮੈਂ ਕਿਸੇ ਨਾਲ ਵੰਡ ਨਹੀਂ ਸਕਦੀ ਸੀ। ਮਰਨ ਤੋਂ ਪਹਿਲਾਂ ਉਸਨੇ ਮੈਨੂੰ ਇੱਕ ਛੋਟਾ ਜਿਹਾ ਪੋਸਟ ਕਾਰਡ ਲਿਖਿਆ, ਜ਼ਿੰਦਗੀ ਹੱਥਾਂ 'ਚ ਘਿਰ ਰਹੀ ਹੈ, ਚੰਦ ਦਿਨਾਂ ਦਾ ਮਹਿਮਾਨ ਹਾਂ, ਤੁਸੀਂ ਸਾਰੇ ਸੁਖੀ ਰਹੋ, ਇਹ ਮੇਰੀ ਦੁਆ ਹੈ, ਤੇਰਾ ਸ਼ਿਵ। ਉੱਗੜ ਦੁੱਗੜ ਲਿਖਾਈ ਉਹਦੀ ਬਿਮਾਰੀ ਦਾ ਸਬੂਤ ਸੀ। ਮੈਂ ਵਾਪਸੀ ਡਾਕ ਉਹਨੂੰ ਲਿਖਿਆ ਕਿ ਘਬਰਾਏ ਨਾ, ਅਸੀਂ ਜਲਦੀ ਹੀ ਉਹਨੂੰ ਉਹਦਾ ਪਤਾ ਲੈ ਲਵਾਂਗੇ।
ਲਾਜ਼ਕ ਨੂੰ ਅਸੀਂ ਉਹਨੂੰ ਜਾਣ ਨਹੀਂ ਦੇਵਾਂਗੇ, ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਇੱਕ ਦਿਨ ਉਹ ਇਸ ਸੰਸਾਰ ਤੋਂ ਵਿਦਾ ਹੋ ਗਿਆ। ਇੱਕ ਦਿਨ ਇੱਕ ਅਖਬਾਰ ਦੀ ਖਬਰ ਨਾਲ ਮੇਰਾ ਮਨ ਉਲੁੰਦਰਿਆ ਗਿਆ। ਖਬਰ ਨਾਲ ਕੁਝ ਫੋਟੋਆਂ ਵੀ ਛਪੀਆਂ ਸਨ। ਉਸ ਦੀ ਪਤਨੀ ਨੂੰ ਚਿੱਟੀ ਚਾਦਰ ਦੇ ਕੇ ਸਟੇਜ 'ਤੇ ਖੜਾ ਕੀਤਾ ਗਿਆ ਅਤੇ ਲੋਕਾਂ ਨੇ ਸਟੇਜ 'ਤੇ ਪੈਸੇ ਸੁੱਟਣੇ ਸ਼ੁਰੂ ਕੀਤੇ। ਮੇਰਾ ਮਨ ਬੜਾ ਦੁਖੀ ਹੋਇਆ, ਮੈਂ ਬੜਾ ਰੋਈ। ਮੇਰੇ ਮਨ ਵਿੱਚ ਉਹਨਾਂ ਲੋਕਾਂ ਲਈ ਬੜੀ ਨਫ਼ਰਤ ਅਤੇ ਲਾਹਨਤਾਂ ਆਈਆਂ ਕਿ ਜੋ ਬਟਾਲੇ ਦੇ ਲੋਕ ਇੰਨੇ ਹੀ ਪੈਸੇ ਵਾਲੇ ਸੀਗੇ ਅਤੇ ਇੰਨੇ ਹੀ ਪੈਸੇ ਸੁੱਟਣੇ ਸੀ ਅਤੇ ਲੋਕਾਂ ਨੇ ਉਹਦਾ ਇਲਾਜ ਕਿਉਂ ਨਹੀਂ ਕਰਾਇਆ, ਇਹ ਲੋਕ ਇਲਾਜ ਕਿਉਂ ਨਹੀਂ ਕਰਾ ਸਕੇ। 2-3 ਮਹੀਨੇ ਬਾਅਦ ਉਸਦੀ ਪਤਨੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿਖੇ ਨੌਕਰੀ ਮਿਲ ਗਈ ਤਾਂ ਮੈਂ ਉਸਨੂੰ ਹੌਸਲੇ ਵਾਲਾ ਸ਼ੋਕ ਪੱਤਰ ਲਿਖਿਆ। ਜਵਾਬ ਵਿੱਚ ਉਹਨੇ ਮੈਨੂੰ ਮਿਲਣ ਦੀ ਇੱਛਾ ਜਤਾਈ। ਅਸੀਂ ਪਟਿਆਲੇ ਉਹਨੂੰ ਮਿਲਣ ਗਏ। ਮੈਂ ਪਹਿਲੀ ਵਾਰੀ ਉਹਨੂੰ ਮਿਲ ਰਹੀ ਸਾਂ, ਉਹਦੇ ਮੂੰਹ ਵੱਲ ਵੇਖਿਆ ਨਹੀਂ ਸੀ ਜਾਂਦਾ। ਉਸਨੂੰ ਦਿਲਾਸਾ ਦਿੰਦਿਆਂ ਮੈਂ ਉਪਰੋਕਤ ਘਟਨਾ ਦਾ ਜ਼ਿਕਰ ਕੀਤਾ ਤਾਂ ਉਸਨੇ ਕਿਹਾ ਕਿ ਉਸਨੂੰ ਤਾਂ ਕੋਈ ਹੋਸ਼ ਹੀ ਨਹੀਂ ਸੀ ਕਿ ਕੌਣ ਕੀ ਕਰ ਰਿਹਾ ਸੀ, ਕਰਨ ਕਰਾਉਣ ਵਾਲੇ ਆਪੇ ਖਾ ਪੀ ਗਏ। ਦੁਪਹਿਰ ਹੋ ਗਈ, ਉਹ ਖਾਣਾ ਤਿਆਰ ਕਰ ਰਹੀ ਸੀ। ਮੈਂ ਵੇਖ ਕੇ ਕਿਹਾ, ਤੂੰ ਇੰਨਾ ਕੁਛ ਕਿਉਂ ਬਣਾਇਆ ਹੈ? ਮੈਂ ਸ਼ਿਵ ਦਾ ਅਫਸੋਸ ਕਰਨ ਆਈ ਹਾਂ ਕਿ ਦਾਵਤ ਖਾਨ। ਉਸਨੇ ਕਿਹਾ, ਜੇ ਅੱਜ ਸ਼ਿਵ ਹੁੰਦਾ ਤਾਂ ਉਸਨੇ ਇਹ ਸਭ ਕੁਛ ਚਲਾ ਕੇ ਮਾਰਨਾ ਸੀ, ਪਰਮ ਆਈ ਹੈ, ਤੂੰ ਇਹ ਕੀ ਬਣਾਇਆ ਹੈ? ਇਹ ਕਹਿ ਕੇ ਉਹਨੇ ਅੱਖਾਂ ਭਰ ਲਿਆ ਅਤੇ ਮੈਂ ਡਸ ਡਸ ਕਰਕੇ ਰੋ ਪਈ। ਉਸ ਰਾਤ ਉਸਨੇ ਸਾਨੂੰ ਆਉਣ ਨਾ ਦਿੱਤਾ। ਕਿੰਨੀਆਂ ਗੱਲਾਂ ਅਸੀਂ ਕੀਤੀਆਂ, ਸ਼ਿਵ ਦੀ ਬਿਮਾਰੀ ਦੀਆਂ, ਅੰਤਲੇ ਸਮੇਂ ਦੀਆਂ। ਮੈਂ ਤਾਂ ਸੋਚਿਆ ਸੀ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ 'ਚ ਬਹੁਤ ਖੁਸ਼ ਹੋਵੇਗਾ, ਪਰ ਨਹੀਂ, ਉਸਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਉਸਦੀ ਤਰੇਹ ਸੀ ਕਿ ਬੁਝਣ ਨਾ ਹੀ ਨਹੀਂ ਸੀ ਲੈਂਦੀ। ਉਸਦੀ ਭਟਕਣਾ ਸੀ ਕਿ ਜਿਸਦਾ ਕੋਈ ਅੰਤ ਹੀ ਨਹੀਂ ਸੀ। ਉਸਨੂੰ ਭਰ ਜੋਬਨ ਉੱਤੇ ਜਾਣ ਦਾ ਚਾਅ ਸੀ, ਉਹ ਤੁਰ ਗਿਆ। ਉਸਦੇ ਕਹਿਣ ਅਨੁਸਾਰ ਜੋਬਨ ਉੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ, ਇਹ ਤਾਂ ਉਹੀ ਜਾਣਦਾ ਹੈ ਕਿ ਉਹ ਫੁੱਲ ਬਣਿਆ ਕਿ ਤਾਰਾ, ਪਰ ਉਸਦੀਆਂ ਯਾਦਾਂ ਦੇ ਫੁੱਲਾਂ ਵਿੱਚ ਅੱਜ ਵੀ ਮਹਿਕ ਰਹੀ ਹੈ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਇਹ ਮੇਰਾ ਵਿਸ਼ਵਾਸ ਹੈ। ਆਮੀਨ।